ਅਸਲਾਮੁਅਲੈਕੁਮ ਦੋਸਤੋ, ਆਪ ਦੇਖ ਰਹੇ ਹੈ ਉਕਾੜਾ ਐਨੀਮਲ ਟੀਵੀ ਔਰ ਮੈਂ ਆਪਕਾ ਮੇਜ਼ਬਾਨ ਰਾਏ ਸਾਕਬ ਅਲੀ। ਅੱਜ ਨਾ ਭਾਈ ਸਫਦਰ ਹੁਸੈਨ ਚੰਨੜ ਸਾਹਿਬ ਬਾਗਪਤਨ ਦਾ ਇਹਨਾਂ ਦਾ ਇਲਾਕਾ ਹੈ ਅਤੇ ਬੜੇ ਵੀਰ ਮੇਰੇ ਆਸਫ ਅਜਾਜ਼ ਚੰਨੜ ਸਾਹਿਬ ਉਹਨਾਂ ਦੇ ਡੇਰੇ 'ਤੇ ਪਹੁੰਚੇ ਹਾਂ ਅਤੇ ਉਹਨਾਂ ਨਾਲ ਮੀਟਿੰਗ ਕਰਨੇ ਹਾਂ ਅਤੇ ਜਿੰਨੇ ਮੇਰੇ ਭਰਾ ਕਿਸਾਨ ਜਾਂ ਫਾਰਮਰ ਸ਼ੌਕ ਕਰਨਾ ਚਾਹੁੰਦੇ ਨੇ ਉਹਨਾਂ ਕੋਲੋਂ ਇੰਟਰਵਿਊ ਲੈ ਕੇ ਤੁਹਾਨੂੰ ਦੱਸਣੇ ਆ ਵੀ ਕੀ ਹੋ ਜਾਏ ਕੰਮ ਹੈ। ਅਸਲਾਮੁਅਲੈਕੁਮ। ਵਾਲੇਕੁਮ ਅਸਲਾਮ ਰਾਏ ਸਾਹਿਬ, ਕੀ ਹਾਲ ਹੈ? ਅਲਹਮਦੁਲਿਲਾ ਅਲਹਮਦੁਲਿਲਾ। ਭਾਈ ਸਫਦਰ ਹੁਸੈਨ ਚੰਨੜ ਸਾਹਿਬ, ਕੀ ਹਾਲ ਚਾਲ ਨੇ? ਅੱਲਾਹ ਪਾਕ ਦਾ ਕਰਮ ਹੈ ਜੀ, ਅਲਹਮਦੁਲਿਲਾ। ਮੈਨੂੰ ਬੜੀ ਖੁਸ਼ੀ ਹੋਈ ਹੈ ਜਨਾਬ ਨਾਲ ਮਿਲ ਕੇ ਜੀ। ਅੱਲਾਹ ਪਾਕ ਤੁਹਾਨੂੰ ਇੱਜ਼ਤ ਦੇਵੇ ਜੀ, ਔਰ ਤੁਹਾਡੀ ਆਮਦ ਨੂੰ ਮੈਂ ਵੈਲਕਮ ਕਰਨਾ ਵਾਂ ਦਿਲ ਦੀ ਅਥਾਹ ਗਹਿਰਾਈਆਂ ਨਾਲ ਜਨਾਬ। ਬੜੀ ਗੱਲ ਹੈ ਭਾਈ ਸਫਦਰ ਹੁਸੈਨ, ਭਾਈ ਅਜਾਜ਼ ਸਾਹਿਬ, ਤੁਹਾਨੂੰ ਮਿਲ ਕੇ ਬੜਾ ਮਜ਼ਾ ਆਇਆ। ਵੇਖੋ ਜੀ, ਮਾਸ਼ਾਅੱਲਾ ਸਾਡੇ ਪੰਜਾਬ 'ਚ ਵੀ ਇਹੋ ਜਿਹਾ ਨਵਾਬ ਬੰਦੇ ਪਏ ਨੇ ਜਿਹੜਾ ਇਹੋ ਜਿਹਾ ਸ਼ੌਕ ਕਰਦੇ ਨੇ, ਅਤੇ ਭਾਈ ਇਹ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਜਿਹੜਾ ਸ਼ੌਕ ਕੀਤਾ ਹੋਇਆ ਤੁਸੀਂ, ਕਦੋਂ ਦਾ ਕਰ ਰਿਹਾ ਜੀ? ਹੁਣ ਹੀ ਕੀਤਾ ਹੈ ਕੀ? ਨਹੀਂ ਸਰ, ਇਹ ਸਾਡਾ ਬੜਾ ਪੁਰਾਣਾ ਸ਼ੌਕ ਹੈ। ਇਹ ਸਾਨੂੰ 1977 ਨੂੰ ਅਸੀਂ ਇਹ ਕੰਮ ਸ਼ੁਰੂ ਕੀਤਾ, ਜੋਟੀਆਂ ਪਾਲਣਾ। ਅੱਲਾ ਨਸਲ ਦੇ ਜਾਨਵਰ ਅਸੀਂ ਪਾਲਦੇ ਹਾਂ। ਹਾਂਜੀ। ਅਤੇ ਬਾਈ ਜਾਨ, ਇਹ ਇੱਕ ਰਿਜ਼ਕੇ ਹਲਾਲ ਦਾ ਜ਼ਰੀਆ ਵੀ ਹੈ। ਬਿਲਕੁਲ ਜੀ, ਬਿਲਕੁਲ। ਰੋਜ਼ੀ ਵੀ ਹੈ ਔਰ ਰਿਜ਼ਕੇ ਹਲਾਲ ਦਾ ਜ਼ਰੀਆ ਵੀ ਹੈ। ਹਾਂਜੀ। ਅਤੇ ਇਸ ਤੋਂ ਅਸੀਂ ਬੜਾ ਫਾਇਦਾ ਉਠਾਇਆ, ਅਸੀਂ ਇਸ ਤੋਂ ਬੜਾ ਇਸ ਦੀ ਕਮਾਈ ਕਰਕੇ ਬੜਾ ਰਕਬਾ ਲਿਆ। ਇਹਦੇ ਸਾਨੂੰ ਬੜੀ ਰਿਸਪੈਕਟ ਵੀ ਮਿਲੀ ਹੈ, ਬੜੀ ਇੱਜ਼ਤ ਵੀ ਮਿਲੀ ਹੈ, ਔਰ ਇਹ ਸਾਨੂੰ ਬਹੁਤ ਅੱਛਾ ਸ਼ੌਕ ਹੈ। ਸਾਡੇ ਵਾਲਿਦ ਸਾਹਿਬ ਦਾ ਇਹ ਸ਼ੌਕ ਸੀ, ਅੱਛੀਆਂ ਜੋਟੀਆਂ ਪਾਲਣਾ, ਅੱਛੇ ਜਾਨਵਰ ਰੱਖਣਾ, ਅਤੇ ਸਾਡਾ ਬੜਾ ਫੇਵਰੇਟ ਸ਼ੌਕ ਹੈ। ਔਰ ਇਹ ਜ਼ਿਮੀਦਾਰਾਂ ਨੂੰ ਫਬਦਾ ਵੀ ਹੈ, ਜ਼ਿਮੀਦਾਰ ਇਸ ਤੋਂ ਬਗੈਰ ਅਧੂਰੇ ਨੇ। ਜੇ ਜ਼ਿਮੀਦਾਰ ਦੇ ਕੋਲ ਜਾਨਵਰ ਨਹੀਂ ਨਾ, ਉਹ ਤਾਂ ਮੈਂ ਕਹਿੰਦਾ ਕਿ ਉਹ ਜ਼ਿਮੀਦਾਰ ਹੀ ਨਹੀਂ। ਜ਼ਿਮੀਦਾਰ ਸਿਰਫ ਜ਼ਮੀਨ ਨਾਲ ਨਹੀਂ ਹੁੰਦਾ, ਜ਼ਿਮੀਦਾਰ ਜਾਨਵਰਾਂ ਨਾਲ ਵੀ ਚੰਗਾ ਲੱਗਦਾ, ਅਤੇ ਸਾਨੂੰ ਅੱਲਾਹ ਤਾਲਾ ਨੇ ਜ਼ਮੀਨ ਵੀ ਦਿੱਤੀ ਹੈ ਅਤੇ ਨਾਲ ਇਹ ਅੱਛਾ ਸ਼ੌਕ ਵੀ ਦਿੱਤਾ ਕਿ ਅਸੀਂ ਅੱਛੇ ਜਾਨਵਰ ਪਾਲੀਏ। ਬਾਕੀ ਜੀ, ਮੇਰਾ ਮੈਸੇਜ ਅੱਜ ਦਾ ਇਹ, ਮੈਂ ਭਾਈ ਸਫਦਰ ਹੁਣਾਂ ਦੇ ਡੇਰੇ 'ਤੇ ਆਇਆ, ਇਹਨਾਂ ਨੂੰ ਮਿਲਿਆ, ਮਿਲ ਕੇ ਅਤੇ ਮੈਨੂੰ ਬੜਾ ਹੀ ਮਜ਼ਾ ਆਇਆ ਹੈ ਕਿ ਸਾਡੇ ਪੰਜਾਬ ਦੇ ਵਿੱਚ ਮੇਰੇ ਭਾਈ ਹੋਰੀ ਇਹੋ ਜਿਹਾ ਸ਼ੌਕ ਕੀਤੀ ਜਾਂਦੇ ਨੇ। ਯਕੀਨ ਮੰਨੋ ਕਿ ਇਹਨਾਂ ਕੋਲ ਜਾਨਵਰ ਬੜੀ ਨਸਲਜ਼ਾਤ ਵਾਲੇ ਨੇ ਅਤੇ ਬੜੇ ਬੜੇ ਆਲਾ ਨੇ, ਅਤੇ ਆਪਣੇ ਭਾਈ ਅਜਾਜ਼ ਸਾਹਿਬ ਨੇ ਇਹ ਇਹਨਾਂ ਦੀ ਦੇਖਭਾਲ ਕਰਦੇ ਨੇ, ਨਾਲ ਇਹਨਾਂ ਦਾ ਰਕਬਾ ਹੈ। ਸਭ ਤੋਂ ਵੱਡਾ ਮੈਸੇਜ ਉਹਨਾਂ ਨੇ ਇਹ ਦਿੱਤਾ ਹੈ ਕਿ ਇਹਦੇ ਵਿੱਚ ਅਸੀਂ ਢੇਰ ਸਾਰਾ ਰਕਬਾ ਵੀ। ਮੈਂ ਆਪਣੇ ਜ਼ਿਮੀਦਾਰ ਭਰਾਵਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ। ਅੱਛੇ ਜਾਨਵਰ ਪਾਲਣਾ ਬਹੁਤ ਹੀ ਅੱਛੀ ਗੱਲ ਹੈ। ਮੇਰੇ ਸਾਰੇ ਜ਼ਿਮੀਦਾਰ ਭਰਾ ਅੱਛੇ ਜਾਨਵਰ ਪਾਲ ਲੈਣ ਤਾਂ ਕਿ ਰੋਜ਼ੀ ਵੀ ਆਉਣ ਦਾ ਇੱਕ ਜ਼ਰੀਆ ਬਣੇ, ਇਨਕਮ ਦਾ ਜ਼ਰੀਆ ਵੀ ਬਣੇ, ਔਰ ਅੱਛਾ ਸ਼ੌਕ ਵੀ ਹੈ, ਔਰ ਰਿਜ਼ਕੇ ਹਲਾਲ ਵੀ ਹੈ, ਔਰ ਇਬਾਦਤ ਵੀ ਹੈ। ਇਬਾਦਤ ਵੀ। ਹਾਂਜੀ। ਅਤੇ ਮੈਂ ਸਾਰੇ ਭਰਾਵਾਂ ਦਾਵਾ ਦਿੰਦਾ ਵੀ ਉਹ ਅੱਛੇ ਜਾਨਵਰ ਪਾਲ ਲੈਣ ਤਾਂ ਕਿ ਉਹਨਾਂ ਦੀ ਰੋਜ਼ੀ ਦੇ ਵਿੱਚ ਇਜ਼ਾਫਾ ਹੋਵੇ, ਉਹਨਾਂ ਦੀ ਸ਼ਾਨ 'ਚ ਇਜ਼ਾਫਾ ਹੋਵੇ, ਉਹਨਾਂ ਦੀ ਰੋਜ਼ੀ ਦੇ ਵਿੱਚ ਹੀ ਹੋਵੇ। ਜ਼ਿੰਦਾਬਾਦ, ਵੈਰੀ ਗੁੱਡ ਜੀ। ਬੜਾ ਮਜ਼ਾ ਆਇਆ ਭਾਈ ਸਫਦਰ ਦੀਆਂ ਗੱਲਾਂ ਸੁਣ ਕੇ, ਜਿਹੜੀ ਇਹਨਾਂ ਨੇ ਗੱਲ ਮੁਕਾ ਦਿੱਤੀ ਕਿ ਜ਼ਿਮੀਦਾਰ ਜਿਹੜਾ ਨਾ ਫਬਦਾ ਹੀ ਜਾਨਵਰਾਂ ਦੇ ਨਾਲ ਹੈ। ਅਤੇ ਬਾਕੀ ਜਿੰਨੀਆਂ ਗੱਲਾਂ ਕੀਤੀਆਂ ਨੇ ਸੋਹਣੀਆਂ ਕੀਤੀਆਂ ਨੇ, ਅਤੇ ਜਿਹੜਾ ਮੇਰਾ ਭਰਾ ਇਹਨਾਂ ਕੋਲ ਕੋਈ ਖੁਆਇਸ਼ਮੰਦ ਜਾਨਵਰਾਂ ਦਾ ਸ਼ੌਕ ਵੀ ਕਰਾਉਂਦੇ ਨੇ, ਬੜੇ ਸਖੀ ਔਰ ਬਾਦਸ਼ਾਹ ਦਿਲ ਨੇ, ਅਤੇ ਅੱਲਾਹ ਦੀ ਜ਼ਾਤ ਇਹਨਾਂ ਨੂੰ ਮਜ਼ੀਦ ਤਰੱਕੀਆਂ ਕਰਾਵੇ। ਅਤੇ ਕੈਮਰਾਮੈਨ ਸਾਹਿਬ, ਥੋੜ੍ਹੇ ਜਿਹੇ ਜਾਨਵਰਾਂ ਦੇ ਇਹਨਾਂ ਦਾ ਥੋੜ੍ਹਾ ਜਿਹਾ ਵਿਜ਼ਿਟ ਵਹਾਓ। ਇਹ ਜੀ ਜਾਨਵਰ ਮਾਸ਼ਾਅੱਲਾ ਅਨਮੋਲ ਜਿਹੜੀਆਂ ਨੇ ਨਾ ਮੱਝਾਂ, ਉਹਨਾਂ ਦੀਆਂ ਅੱਗੋਏ ਜਿਹੜੀਆਂ ਨੇ ਧੀਆਂ ਤਿਆਰ ਹੋ ਰਹੀਆਂ ਨੇ, ਇਹ ਭਾਈ ਕਰਦੀਆਂ ਤੇ ਕੋਈ ਪ੍ਰੈਗਨੈਂਟ ਨੇ? ਹਾਂਜੀ, ਇਹ ਸਾਰੀਆਂ ਗੱਭਣਾਂ ਨੇ, ਔਰ ਇਹ ਸਾਰਾ ਕ੍ਰੈਡਿਟ ਭਾਈ ਜਾਜ਼ ਸਾਹਿਬ ਨੂੰ ਜਾਂਦਾ ਹੈ ਕਿ ਉਹ ਦਿਨ ਰਾਤ ਮਿਹਨਤ ਕਰਕੇ ਦਿਨ ਰਾਤ ਇਹਨਾਂ ਦੀ ਖਿਦਮਤ ਕਰਦੇ ਨੇ, ਔਰ ਇਹਨਾਂ ਦੀ ਖਿਦਮਤ ਦੇ ਵਿੱਚੋਂ ਸਾਨੂੰ ਬੜਾ ਅੱਲਾਹ ਤਾਲਾ ਨੇ ਰਿਜ਼ਕੇ ਹਲਾਲ ਦਾ ਫਾਇਦਾ ਦਿੱਤਾ ਜੀ। ਇਹ ਸਾਰਾ ਕ੍ਰੈਡਿਟ ਭਾਈ ਸਾਹਿਬ ਨੂੰ ਜਾਂਦਾ ਹੈ, ਭਾਈ ਸਾਹਿਬ ਨੂੰ। ਇਹ ਭਾਈ ਸਫਦਰ ਹੁਰੀ ਛੋਟੇ ਭਾਈ ਨੇ, ਤੇ ਇਹ ਮਾਸ਼ਾਅੱਲਾ ਵੱਡੇ ਭਾਈ ਨੇ, ਅੱਲਾਹ ਪਾਕ ਇਹਨਾਂ ਨੂੰ ਕਾਮਯਾਬ ਕਰੇ, ਤੇ ਮਿਲ ਕੇ ਬੜਾ ਮਜ਼ਾ ਆਇਆ। ਤੇ ਕਹਿੰਦੇ ਨੇ ਇਹਨਾਂ ਨੂੰ ਕ੍ਰੈਡਿਟ ਵੀ ਇਹ ਸਾਰੇ ਜਾਨਵਰਾਂ ਦੀ ਦੇਖਭਾਲ ਕਰਦੇ ਨੇ, ਤੇ ਜਾਨਵਰ ਸਾਰੇ ਆਲਾ ਨਸਲ ਨੇ। ਅੱਛਾ ਜੀ, ਕੋਈ ਬੰਦਾ ਸ਼ੌਕ ਕਰਨਾ ਚਾਹੇ ਤੁਹਾਡਾ ਨੰਬਰ ਦਈਏ, ਤੁਸੀਂ ਸ਼ੌਕ ਕਰਵਾਓ? ਬਿਲਕੁਲ ਜੀ, ਜ਼ਰੂਰ ਇਨਸ਼ਾਅੱਲਾ। ਸਾਡੀ ਹਮਦਰਦੀਆਂ ਔਰ ਤਾਵਨ ਉਹਨਾਂ ਦੇ ਨਾਲ ਹੈ ਜੀ। ਜ਼ਿੰਦਾਬਾਦ ਜੀ।
ਇਸ ਨਾਲ ਹੀ ਆਪਣੇ ਮੇਜ਼ਬਾਨ 12 ਮਹੀਨੇ ਸਾਡੇ ਕੋਲ ਤਿਆਰ ਮੱਝਾਂ ਮਿਲਦੀਆਂ ਜੀ, ਹਰ ਮਹੀਨੇ ਜੀ, ਹਰ ਮਹੀਨੇ ਹਾਂਜੀ, ਹਰ ਵਕਤ ਸਾਡੇ ਕੋਲ ਤਿਆਰ ਮੱਝਾਂ ਮਿਲਦੀਆਂ ਜੀ, ਸਟੈਪ ਵਾਈਜ਼ ਅਗਰ ਪਿੱਛੜ ਜਿਹੜੀਆਂ ਨਾ ਭਾਈ ਸਾਹਿਬ ਹੋਰੀ ਹਰ ਮਹੀਨੇ ਕ੍ਰਾਸਿੰਗ ਕਰਵਾਉਂਦੇ ਨੇ ਹਾਂਜੀ, ਤੇ ਉਹ ਹਰ ਮਹੀਨੇ ਫਿਰ ਤਿਆਰ ਹੁੰਦੀਆਂ ਨੇ, ਅਸੀਂ ਹਰ ਮਹੀਨੇ ਵੇਚਨੇ ਆ, ਵੇਚ ਵੀ ਲੈਨੇ, ਰੱਖਦੇ ਵੀ ਆ, ਔਰ ਇਨਸ਼ਾਅੱਲਾ ਸਾਡੇ ਆਲਾ ਨਸਲ ਦੇ ਜਾਨਵਰ ਹੈ, ਜਾਨਵਰ ਇਲਾਕਾ ਤੁਹਾਡਾ ਅਸੀਂ ਲੁੱਡਣ ਤੋਂ ਲੈ ਲਿਆ, ਲੁੱਡਣ ਤੋਂ ਤੇ ਪਾਕ ਪਤਨ ਦੇ ਇਲਾਕੇ ਤੋਂ, ਉਹਨਾਂ ਤੇ ਲੁੱਡਣ ਤੋਂ ਜ਼ਿਆਦਾ ਤਰਨਾ ਮਰਲੇ ਇਸ ਸਾਈਡ ਤੋਂ ਅਸੀਂ ਲੈ ਲਿਆ ਜੀ, ਇਸ ਸਾਈਡ ਦੇ ਸਾਰੇ ਜਾਨਵਰ ਜੀ, ਚਲੋ ਜੀ ਮਾੜਾ ਜਿਹਾ ਵਿਜ਼ਿਟ ਵਹਾਓ ਸਪਾਈ ਸਫਦਰ ਦਾ ਜਾਨਵਰਾਂ ਦਾ, ਮਾਸ਼ਾਅੱਲਾ ਸਾਰੇ ਬੜੇ ਕਮਾਲ ਦੇ ਨੇ, ਕੈਮਰਾਮੈਨ ਸਾਹਿਬ ਸਾਰੀਆਂ ਝੂਟੀਆਂ ਤਸੱਲੀ ਨਾਲ ਵਹਾ ਦਿਓ, ਹਾਂਜੀ ਸਾਰਾ ਡੇਰੇ ਦਾ ਇਨਸ਼ਾਅੱਲਾ ਤਾਲਾ ਸਾਰਾ ਬੈਲੈਂਸ ਦਾ ਚੈੱਕ ਕਰਾਉਂਦੇ ਆ, ਤੁਹਾਡੇ ਮਤਲਬ ਇਹ ਕਿਹਾ ਜਾਂਦਾ ਕਿ ਜਾਨਵਰ ਤੁਹਾਡੇ ਦਿਲ ਨੂੰ ਚੰਗਾ ਲੱਗ ਜਾਵੇ, ਫਿਰ ਤੁਸੀਂ ਸਾਨੂੰ ਕੀਮਤ ਨਾਲ ਫਿਰ ਕੋਈ ਗਰਜ਼ ਨਹੀਂ ਹੁੰਦੀ, ਰਾਏ ਸਾਹਿਬ ਅਗਰ ਸਾਨੂੰ ਜਾਨਵਰ ਭਾਈ ਸਾਹਿਬ ਨੂੰ ਪਸੰਦ ਆ ਜਾਵੇ ਤੇ ਉਹ ਕੀਮਤ ਮਣੀ ਨਹੀਂ ਪੈਂਦਾ, ਜਿਤਨੇ ਹੀ ਮਾਲਕ ਮੰਗੇ ਸਾਨੂੰ ਉਤਨੇ ਹੀ ਦੇਣੇ ਪੈਂਦੇ, ਉਨੇ ਹੀ ਦੇਣੇ ਪੈਂਦੇ, ਖਰੀਦਦਾਰੀ ਕਰ ਲੈਣੀ ਤੇ ਚੰਗੀਆਂ ਦੇ ਵਿੱਚੋਂ ਹੀ ਫਿਰ ਅੱਗੇ ਚੰਗੀਆਂ ਬਣਦੀਆਂ, ਸਾਰੇ ਜੀ ਮੁੜ ਅੱਛੇ ਜਾਨਵਰ ਜਿਹੜੇ ਨੇ ਉੱਥੇ ਹੀ ਵਿਕਣੇ ਹੁੰਦੇ ਨੇ ਜੀ, ਮਾਸ਼ਾਅੱਲਾ ਸਾਰਾ ਜਨਾਬ ਇਹਨਾਂ ਦਾ ਜਾਨਵਰਾਂ ਦਾ ਜਿਹੜਾ ਨਾ ਸਿਸਟਮ ਹੈ ਤੇ ਬਾਕੀ ਕੁਝ ਡੇਰੇ ਤੋਂ ਬਾਹਰ ਵੀ ਕੀਤਾ ਹੋਇਆ ਸਾਰਾ, ਕੈਮਰਾਮੈਨ ਸਾਹਿਬ ਤਸੱਲੀ ਨਾਲ ਵਹਾਓ, ਉਧਰ ਲੀਆਂ ਜਾਨਵਰ ਚੱਲ ਕੇ ਚੈੱਕ ਕਰਾ ਦਿਓ, ਹੈ ਹੁਣ ਇਹਨੇ ਮੀਡੀਆ, ਹੁਣ ਤਾਂ ਹਰ ਚੀਜ਼ ਜਿਹੜੀ ਨਾ ਉਹ ਸਿਰਫ ਹੈ ਹੀ ਮੀਡੀਆ, ਇਸ ਤੋਂ ਇਲਾਵਾ ਕੋਈ ਚੀਜ਼ ਨਹੀਂ, ਬਸ ਬ੍ਰੇਕ ਇੱਕ ਮਿੰਟ ਦਾ, ਸਫਦਰ ਇਹ ਜਿਹੜੀਆਂ ਝੋਟੀਆਂ ਨੇ ਇਹਨਾਂ ਦਾ ਕੀ ਹਿਸਾਬ, ਇਹ ਝੋਟੀਆਂ ਜੀ ਰਾਏ ਸਾਹਿਬ ਹੁਣ ਬਿਲਕੁਲ ਤਿਆਰ ਹੈ, ਇਹ ਅੱਲਾ ਨਸਲ ਦੀਆਂ ਅੱਛੀਆਂ ਝੋਟੀਆਂ ਇਹ ਹੁਣ ਤਿਆਰ ਹੈ, ਜਿਹੜੀਆਂ ਫਾਸੇ ਨੇ ਜਿਹੜੀਆਂ ਅਸੀਂ ਹੁਣ ਵੇਚਣੀਆਂ ਨਾ, ਇਹ ਉਹਨਾਂ ਦੇ ਵਾਸਤੇ ਤਿਆਰ ਹੈ, ਇੱਕ ਤਾਂ ਟਾਈਮ ਵੀ ਬੜਾ ਅੱਛਾ ਜੀ, ਗਰਮੀਆਂ ਆ ਰਹੀਆਂ ਹਾਂਜੀ, ਤੇ ਮੱਝਾਂ ਵੀ ਬੜੀਆਂ ਅੱਲਾ ਨਸਲ ਦੀਆਂ, ਹਾਂਜੀ ਬਕਾਇਆ ਮਾਸ਼ਾਅੱਲਾ ਲਾਏ ਪਈਆਂ ਹੋਈਆਂ, ਹਾਂਜੀ ਨਹੀਂ ਜੀ ਉਹਨਾਂ ਦੀ ਤਿਆਰ ਹੋਈ ਖੜੀ ਹੈ ਜੀ ਨਸਲ, ਹਾਂਜੀ ਬਾਕੀ ਭਾਈ ਸਫਦਰ ਕਹਿ ਰਹੇ ਨੇ ਇਹਨਾਂ ਦੀ ਨਸਲ 'ਚ ਸ਼ੱਕ ਨਹੀਂ ਹੈਗਾ, ਬਾਕੀ ਜੀ ਅੱਲਾ ਦੀ ਜ਼ਾਤ ਇਹਨਾਂ ਨੂੰ ਬਖਤ ਲਾਵੇ, ਪਹਿਲੀ ਝੋਟੀ ਤਲੀ ਜੀ ਜੀ, ਫਿਰ ਬਖਤ ਲਾਉਣਾ ਤਾਂ ਅੱਲਾ ਰੱਬੁਲ ਇੱਜ਼ਤ ਦਾ ਕੰਮ ਹੈ ਨਾ, ਲੇਕਿਨ ਸਾਡੀ ਖਰੀਦ ਦੇ ਵਿੱਚ ਕੋਈ ਖਤਾ ਨਹੀਂ, ਹਾਂਜੀ ਜਿਵੇਂ ਆਖਦੇ ਨੇ ਨਾ ਮਾਲੀ ਦਾ ਕੰਮ ਪਾਣੀ ਲਾਉਣਾ, ਹਾਂਜੀ ਹਾਂਜੀ ਇੱਧਰ ਵਹਾਓ ਵਿੱਚ ਦੱਸਿਆ ਜੀ, ਹਾਂਜੀ ਮਾਲੀ ਦਾ ਕੰਮ ਪਾਣੀ ਲਾਉਣਾ ਤੇ ਭਰ ਭਰ ਮਸ਼ਕਾਂ ਲਾਵੇ, ਤੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਸਾਡਾ ਕੰਮ ਤਾਂ ਨੌਕਰੀ ਔਰ ਇਹਨਾਂ ਦੀ ਖਿਦਮਤ ਕਰਨਾ, ਅੱਗੇ ਅੱਲਾ ਰੱਬੁਲ ਇੱਜ਼ਤ ਦਾ ਮਿਹਰਬਾਨੀ ਹੈ ਕਿ ਉਹਨਾਂ ਨੂੰ ਬਖਤ ਲਾਵੇ, ਮਾਸ਼ਾਅੱਲਾ ਜੀ ਇਹ ਬੜੀਆਂ ਖੂਬਸੂਰਤ ਨੇ, ਢੇਲੀ ਵੀ ਇਹਨਾਂ ਦੀ ਤਿਆਰ ਹੈ ਬਿਲਕੁਲ, ਹੈ ਵੱਡੇ ਜੋੜਾਂ ਦੀ, ਹਾਂਜੀ ਵੱਡੇ ਜੋੜਾਂ ਦੀ, ਮਾਸ਼ਾਅੱਲਾ ਤੂੰ ਹੀ ਸ਼ੁਕੀਰ ਹੈ ਬੱਚੀ ਦਾ, ਜੇ ਪੂਰੀ ਲੈ ਜਾਵੇਂ ਤੇ ਰੱਖਣ ਕਰਾ ਸਾਥੀ ਰੱਖਣ, ਇਹ ਉਹਨਾਂ ਤੇ ਤੁਹਾਨੂੰ ਰੱਖਣ ਕਰ ਸਤੋਂ ਦੇ, ਮਾਸ਼ਾਅੱਲਾ ਜੀ ਇਹ ਜਿਹੜੀ ਝੋਟੀ ਹੈ ਨਾ ਭਾਈ ਸਫਦਰ ਲੱਗੇ ਆ ਜਾਓ, ਇਹ ਭਾਈ ਹੋਰਾਂ ਨੇ ਜਨਾਬ ਮੈਨੂੰ ਕਹਿ ਰਹੇ ਨੇ ਕਿ ਤੁਹਾਡੇ ਲਈ ਗਿਫਟ ਹੈ, ਅਗਰ ਮੈਂ ਇਨਸ਼ਾਅੱਲਾ ਜੀ ਅਸੀਂ ਭਾਈ ਬਣੇ ਭੇਜਣੀ, ਇਨਸ਼ਾਅੱਲਾ ਤਾਲਾ ਬੜੇ ਦਿਨਾਂ ਦਾ ਮੈਂ ਖੁਆਇਸ਼ ਮਾਨਸਾ ਇਸ ਮਾਝ ਦਾ, ਤੇ ਅੱਜ ਇਹਨਾਂ ਦੇ ਡੇਰੇ ਤੇ ਆਇਆ ਤੇ ਇਹਨਾਂ ਨੇ ਮੈਨੂੰ ਤੁਹਾਡੀ ਆਪਣੀ ਹੈ ਜੀ, ਇਸ ਵਕਤ ਤੁਸੀਂ ਚਾਹੋ ਤੁਸੀਂ ਲਿਜਾ ਸਕਦੇ ਨੇ ਜੀ, ਅਸੀਂ ਯਾਰ ਬਣੇ ਭੇਜਣੀ, ਬਿਲਕੁਲ ਲਓ ਜੀ, ਇਹ ਹੀ ਗੱਲਾਂ ਹੁੰਦੀਆਂ ਨੇ ਨਵਾਬ ਬੰਦਿਆਂ ਦੀਆਂ, ਯਕੀਨ ਮੰਨੋ ਦਿਲ ਠਰ ਗਿਆ, ਉਹਨਾਂ ਨੇ ਕਿਹਾ ਰਾਏ ਸਾਹਿਬ ਹੈ ਤੁਹਾਡੇ ਲਈ ਤੋਹਫਾ ਹੈ, ਤੁਸੀਂ ਕਿਸੇ ਸੱਜਣ ਨੂੰ ਦੇਣਾ ਚਾਹੋ, ਆਪ ਸ਼ੋਅ ਕਰਨਾ ਚਾਹੋ, ਤੇ ਮੈਂ ਅਰਜ਼ ਕਰਨਾ ਰਾਏ ਸਾਹਿਬ ਹਰ ਚੀਜ਼ ਪੈਸਾ ਨਹੀਂ, ਪੈਸਾ ਨਹੀਂ ਹੈ ਜੀ, ਅੱਛਾ ਤਲਾਕ, ਅੱਛੀ ਦੋਸਤੀ, ਅੱਛਾ ਕਾਰੋਬਾਰ, ਸਾਰਾ ਕੁਝ ਇਹੀ ਹੈ ਨਾ ਜੀ, ਅੱਛੇ ਅੱਛਾ ਤਲਾਕ, ਅੱਛੀ ਦੋਸਤੀ ਔਰ ਅੱਛਾ ਕਾਰੋਬਾਰ, ਸਾਰਾ ਕੁਝ ਇਹੀ ਹੈ ਜੀ, ਪੈਸਾ ਹਰ ਚੀਜ਼ ਨਹੀਂ, ਔਰ ਅਸੀਂ ਇਨਸ਼ਾਅੱਲਾ ਰਾਏ ਸਾਹਿਬ ਬਣੇ ਕਰਨੀ ਹੈ ਤਾਂ ਕਿ ਰਾਏ ਸਾਹਿਬ ਨੂੰ ਵੀ ਕੋਈ ਫਾਇਦਾ ਸੱਜਣਾ ਕੋਲ ਹੋਵੇ, ਬਿਲਕੁਲ ਜੀ ਬਿਲਕੁਲ ਬਿਲਕੁਲ, ਮਾਸ਼ਾਅੱਲਾ ਜੀ ਇਹ ਸਾਰੇ ਜਾਨਵਰ ਬਹੁਤ ਪਿਆਰੇ ਨੇ, ਮਜ਼ੀਦ ਵੀ ਇਹਨਾਂ ਦੇ ਡੇਰੇ ਦਾ ਜਿਹੜਾ ਮੈਂ ਸਿਸਟਮ ਸਾਰਾ ਚੈੱਕ ਕਰਾ ਦਿੱਤਾ, ਇਹ ਪਹਿਲਾਂ ਝੋਟੀ ਵੀ ਬਹੁਤ ਵੱਡੇ ਜੋੜਾਂ ਦੀ ਤਿਆਰ ਹੋ ਰਹੀ ਹੈ, ਨਾਲ ਨਾਲ ਭਾਈ ਉਹਨਾਂ ਨਾਲ ਗੱਲਾਂ ਵੀ ਹੋਈਆਂ ਨੇ ਤੇ ਜਾਨਵਰ ਵੀ ਤੁਹਾਨੂੰ ਚੈੱਕ ਕਰਾਏ ਨੇ, ਅੱਲਾ ਦੇ ਹੁਕਮ ਇਨਸ਼ਾਅੱਲਾ ਤਾਲਾ ਮੈਦਾਨ ਮਾਰਨ ਵਾਲੀ ਝੋਟੀ ਹੈ ਜੀ, ਕਿਉਂ ਨਹੀਂ ਇਹ ਚੀਜ਼ਾਂ, ਇਹ ਬਿਲਕੁਲ ਕੈਮਰਾਮੈਨ ਸਾਹਿਬ ਥੋੜ੍ਹਾ ਜਿਹਾ ਘੁਮਾ ਕੇ ਤਸੱਲੀ ਨਾਲ ਚੈੱਕ ਕਰਾਓ, ਅਤੇ ਬੜੇ ਵੱਡੇ ਜੋੜਾਂ ਦੀ ਮਾਲਕ ਜੀ ਮਾਸ਼ਾਅੱਲਾ।
ਵੇਖੋ ਜੀ ਜਿਹੜਾ ਬੰਦਾ ਐਸ਼ ਮਾਲ ਦੇ ਢੇਲੀ ਝੋਟੀ ਦਾ ਪਹਿਲਾਂ ਨੇ ਤੇ ਬਹੁਤ ਵੱਡੇ ਜੋੜਾਂ ਦੀ ਹੈ ਤੇ ਭਾਈ ਸਫਦਰ ਕਹਿ ਰਹੇ ਨੇ ਕਿ ਇਨਸ਼ਾਅੱਲਾ ਤੂੰ ਸ਼ੌਕ ਕਰੇਗਾ ਤੇ ਉਹਨੂੰ ਵਿਆਹਾਂਗੇ। ਇਸ ਨਾਲ ਹੀ ਜਨਾਬ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਸਾਰਾ ਡੇਰੇ ਦਾ ਵਿਊ ਵਿਖਾਇਆ, ਉਧਰਲਾ ਵੀ ਡੇਰੇ ਦਾ ਥੋੜ੍ਹਾ ਚੈੱਕ ਕਰਾਉਣਾ। ਚਲੋ ਜੀ, ਸਾਰਾ ਸਿਸਟਮ ਆ ਗਿਆ ਜੀ ਖਲੋ ਕੇ। ਮਾਸ਼ਾਅੱਲਾ ਬੜਾ ਸਾਦਾ ਜਿਹਾ ਸਿਸਟਮ ਬਣਾਇਆ ਹੋਇਆ। ਸਾਰਾ ਸਿਸਟਮ ਚੈੱਕ ਕਰਾਓ। ਸੈਟਅਪ ਬਣਾਇਆ ਹੋਇਆ ਇਹ, ਫਿਰ ਆਪਣੇ ਡੇਰੇ 'ਚ ਸਾਰਾ ਸਿਸਟਮ ਬਣਾਇਆ ਜੀ। ਸਾਰਾ ਆਪਣਾ ਤਾਂ ਮੈਂ ਤਾਂ ਰਿਜ਼ਕੇ ਹਲਾਲ ਕਮਾਵਣ ਦਾ ਇਸ ਨਾਲ ਕਿਚਾ ਕੇ ਰਿਜ਼ਕੇ ਹਲਾਲ ਕਮਾਇਆ ਜਾਵੇ। ਝੂਠ ਫਰਾਡ ਔਰ ਕਸਮ ਦੇ ਚੱਕਰ ਮੇਰਾ ਕਿਚਾ ਸੀ ਨਹੀਂ ਹੈ। ਬੇਸ਼ੱਕ ਜੀ, ਬੜਾ ਮਜ਼ਾ ਆਇਆ। ਬੇਸ਼ੱਕ ਕਸਮ ਚੱਕਣ ਨਾਲ, ਕਸਮ ਉਠਾਵਣ ਨਾਲ ਰਿਜ਼ਕ ਵਿਕਤ ਜਾਂਦਾ, ਮਾਲ ਵਿਕਤ ਜਾਂਦਾ, ਲੇਕਿਨ ਅੱਲਾਹ ਰੱਬੁਲ ਇੱਜ਼ਤ ਵਿੱਚ ਬਰਕਤ ਉਠਾ ਲੈਂਦਾ। ਹਾਂ,